ਸਾਹਿਬ ਕਿੰਨੇ ਵਜੇ ਦੇ ਹੋਇਆ ਕੰਮ ਅਤੇ ਕਿੰਨੇ ਸਾਲ ਦੀ ਕੁੜੀ ਹੈ, ਕੀ ਹੈ ਸਾਰਾ ਮਾਮਲਾ? ਪਹਿਲਾਂ ਤਾਂ ਸਾਰੇ ਜਿਹੜੇ ਆਪਣੇ ਵਿਊਅਰਸ ਆ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਮੈਂ ਸੰਦੀਪ ਸਿੰਘ ਘਈ, ਭਾਰਤੀ ਜਨਤਾ ਪਾਰਟੀ ਵਾਰਡ 29 ਦਾ ਇੰਚਾਰਜ ਹਾਂ, ਔਰ ਇਹ ਮੇਰੀ ਵਾਰਡ ਦੇ ਵਿੱਚ ਹੀ ਪੈਂਦਾ ਵਾ ਜਿਹੜਾ ਇਹ ਵਾਕਿਆ ਹੋਇਆ ਵਾ। ਸਵੇਰੇ ਤਕਰੀਬਨ ਕੋਈ 4:30 ਦਾ ਸਮਾਂ ਸੀ। ਇਹ ਆਪਣੇ ਗੁਜਰਾਤੀ ਬਸਤੀ ਏਕਤਾ ਨਗਰ ਦੇ ਵਿੱਚੋਂ ਇੱਕ ਤਕਰੀਬਨ 13-14 ਸਾਲ ਦੀ ਕੁੜੀ ਆਪਣੀ ਮਾਂ ਦੇ ਨਾਲ ਜਿਹੜਾ ਵਾ ਉਹ ਲੋਹਿਆ ਲੋਹਿਆ ਚੁਗਣ ਉਹ ਇੱਥੇ ਆਈ ਹੈ। ਅਤੇ ਸਵੇਰ ਦੇ ਵਾਕਿਆ ਦੇ ਅਨੁਸਾਰ ਜਿਹੜਾ ਵਾ ਤਕਰੀਬਨ 4:30-5 ਵਜੇ ਜਿਹੜਾ ਵਾ ਉਹ ਇੱਕ ਬੱਸ ਜਿਹਨੇ ਉਹਨੂੰ ਹਿੱਟ ਕੀਤਾ ਅਤੇ ਉਹ ਨਿਕਲ ਗਈ ਅਤੇ ਕੁੜੀ ਦੀ ਜਿਹੜੀ ਆ ਉਹ ਡੈਥ ਹੋ ਗਈ। ਔਰ ਇਹ ਬੜੀ ਹੀ ਅਸੀਂ ਸਮਝਦੇ ਹਾਂ ਕਿ ਮੰਦਭਾਗੀ ਗੱਲ ਹੈਗੀ ਹੈ। ਅਤੇ ਜਿਹੜੀ ਉਹ ਡੈਥ ਹੋਈ ਹੈ ਅਸੀਂ ਜਿਹੜਾ ਵਾ ਉਹਦੇ ਲਈ ਰਿਪੋਰਟ ਲਿਖਾਈ ਹੈ ਇਸ ਟਾਈਮ ਬੱਸ ਸਟੈਂਡ ਚੌਂਕੀ ਦੇ ਵਿੱਚ। ਅਤੇ ਉਹਨਾਂ ਨੇ ਜਿਹੜਾ ਵਾ ਪਹਿਲੀ ਜਿਹੜੀ ਕਾਰਵਾਈ ਉਹ ਕਰ ਦਿੱਤੀ ਹੈ ਕਿ FIR ਲੌਜ ਕਰ ਦਿੱਤੀ ਹੈ, ਬਟ ਉਹ ਅਣਪਛਾਤਿਆਂ 'ਤੇ ਹੈ। ਅਸੀਂ ਜਿਹੜਾ ਵਾ ਉਹ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਪਏ ਹਾਂ ਕਿ CCTV ਖੰਗਾਲੋ, ਕਿਉਂਕਿ ਹਰ ਚੌਂਕ ਦੇ ਵਿੱਚ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਇਹਨੂੰ ਸ਼ਹਿਰ ਨੂੰ ਇੱਕ ਸਮਾਰਟ ਸਿਟੀ ਦਾ ਦਰਜਾ ਦਿੱਤਾ ਵਾ। ਘਰ ਘਰ ਆਪਾਂ ਕਹਿ ਸਕਦੇ ਹਰ ਚੌਂਕ ਦੇ ਵਿੱਚ ਇੱਥੇ CCTV ਕੈਮਰਾਜ਼ ਜਿਹੜੇ ਆ ਉਹ ਲਗਾਏ ਗਏ ਆ, ਜਿਹਦੇ ਨਾਲ ਕ੍ਰਾਈਮ ਨੂੰ ਕੰਟਰੋਲ ਕੀਤਾ ਜਾ ਸਕੇ। ਅਤੇ ਐਡੀ ਵੱਡੀ ਵਾਰਦਾਤ ਹੋਈ ਹੈ, ਹੁਣ ਇੱਥੇ ਇਹ ਚੀਜ਼ ਦੇਖਣ ਵਾਲੀ ਹੈ ਕਿ ਕਿੰਨਾ ਕੁ ਜਿਹੜਾ ਇਹਨਾਂ ਨੇ ਆਪਣਾ ਕੰਮ ਕੀਤਾ ਵਾ ਔਰ ਕਿੰਨਾ ਕੁ ਵਾਕਿਆ ਹੀ ਅਸਲ ਦੇ ਵਿੱਚ ਉਹ ਹੋ ਰਿਹਾ ਵਾ। CCTV ਕੈਮਰਾਜ਼ ਇਹਨਾਂ ਦੇ ਚੱਲਦੇ ਨਹੀਂ ਚੱਲਦੇ ਉੱਥੇ ਲੱਗਾ ਹੋਇਆ ਵਾ। ਅਸੀਂ ਇਹਨਾਂ ਨੂੰ ਇਹੀ ਗੁਜ਼ਾਰਿਸ਼ ਕੀਤੀ ਹੈ ਕਿ ਇਹਨੂੰ ਵੇਖੋ ਔਰ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਵਾ ਉਹ ਰੁਕਣ ਦੀ ਬਜਾਏ, ਫਸਟ ਏਡ ਦੇਣ ਦੀ ਬਜਾਏ ਉਹਨੇ ਦੌੜਨ ਦਾ ਕੰਮ ਕੀਤਾ, ਅਤੇ ਉਸ ਬੰਦੇ ਦੇ ਉੱਤੇ ਜਿਹੜਾ ਵਾ ਉਹ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਜੇ ਨਹੀਂ ਤੁਹਾਡੀ ਮੰਗਾਂ ਪੂਰੀਆਂ ਹੁੰਦੀਆਂ ਤਾਂ ਕੀ ਕਰੋ? ਫਿਰ ਇਸ ਤਰ੍ਹਾਂ ਵਾ ਕਿ ਜੀ ਜੋ ਪਰਿਵਾਰ ਦਾ ਫੈਸਲਾ ਵਾ, ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਵਾ ਲਾਸ਼ ਦਾ ਸੰਸਕਾਰ ਨਹੀਂ ਕਰਨਾ, ਸਾਡਾ ਤੇ ਬੱਚਾ ਜਿਹੜਾ ਵਾ ਚਲਾ ਗਿਆ। ਹੁਣ ਜਿਹੜਾ ਵਾ ਪਰਿਵਾਰ ਵੱਲੋਂ ਇਹ ਮੈਸੇਜ ਹੈਗਾ ਵਾ ਮੇਰੇ ਥਰੂ ਕਿ ਅਸੀਂ ਜਿਹੜਾ ਵਾ ਉਹ ਧਰਨਾ ਲਾਉਣ ਲਈ ਫਿਰ ਮਜਬੂਰ ਹਾਂ, ਜੇ ਇਹਦੇ ਉੱਤੇ ਪੁਲਿਸ ਕਾਰਵਾਈ ਨਹੀਂ ਕਰਦੀ। ਇਨਸਾਫ ਚਾਹੀਦਾ ਵਾ, ਸਾਨੂੰ ਇਨਸਾਫ ਚਾਹੀਦਾ ਸਰਕਾਰ। ਲੜਕੇ ਦੀ ਗੱਲ ਹੈ, ਕੋਈ 5:30 ਇੰਸੀਡੈਂਟ ਦੇ ਕਰਕੇ 108 ਵਾਲੇ ਲੈ ਕੇ ਗਏ ਉਹਨੂੰ ਸਿਵਲ ਹੋਸਪਿਟਲ ਜੀ। ਉੱਥੇ ਲੜਕੀ ਡਾਕਟਰ ਨੇ ਦੱਸਿਆ ਵੀ ਬਰੋਡ ਡੈਡ ਹੈ, ਅਤੇ ਉਹਦੇ ਸੰਬੰਧੀ ਜੀ FIR ਲੌਜ ਕਰ ਦਿੱਤੀ ਹੈ ਜੀ। ਅਤੇ ਬਾਕੀ ਇਹਦੀ ਤਫਤੀਸ਼ ਜਾਰੀ ਹੈ, ਬਾਕੀ ਸਾਰੀ ਤਬਦੀਲ ਕਰਕੇ ਦੇਖਾਂਗੇ ਕਿਸ ਵਹੀਕਲ ਦਾ ਐਕਸੀਡੈਂਟ ਹੋਇਆ ਵਾ ਅਤੇ ਉਹ ਚੈੱਕ ਕਰਾਂਗੇ ਸਰ। ਹਾਂਜੀ ਹਾਂਜੀ, ਸ਼ੁਰੂ ਕਰਾਂਗੇ ਸਾਰੀ ਅੱਜ ਉਹਦੀ ਬਾਕੀ ਕਾਰਵਾਈ ਕਰਕੇ ਅਤੇ FIR ਲੌਜ ਕਰਤੀ ਹੈ।